ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਖੁਸ਼ਬੈਕ ਜੋ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਰੰਗਲਾ ਪੰਜਾਬ ਕਾਂਗਸਰ ਦੇ ਉੱਪਰ। ਤੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ। ਸੋ ਜਿਵੇਂ ਕਿ ਤੁਹਾਨੂੰ ਦੇਖ ਕੇ ਪਤਾ ਲੱਗਦਾ ਹੋਊਗਾ ਕਿ ਕਾਰ ਦੇ ਵਿੱਚ ਬੈਠੇ ਹਾਂ ਤਾਂ ਕਿਤੇ ਜਾ ਹੀ ਰਹੇ ਹਾਂ। ਅੱਜ ਅਸੀਂ ਚੱਲੇ ਹਾਂ ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ। ਮੰਮਾ ਵਰਗੇ ਜਦੋਂ ਤੋਂ ਹੀ ਆਏ ਹਾਂ ਅਤੇ ਮੈਨੂੰ ਇੱਥੋਂ ਉਹਨਾਂ ਨੇ ਰਾਸਤੇ ਦੇ ਵਿੱਚ ਫਰੀਦਕੋਟ ਤੋਂ ਚੜ੍ਹਾਇਆ ਸੀਗਾ ਟੇਨੇ ਤੋਂ ਮਤਲਬ। ਅਤੇ ਚਲੋ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਉੱਥੇ ਜਾ ਕੇ ਵੀ। ਅਤੇ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਵੀ ਜ਼ਰੂਰ ਕਰਕੇ ਜਾਇਓ। ਸੋ ਅੱਗੇ ਦੇਖਦੇ ਹਾਂ। ਹੈਲੋ ਮੰਮਾ, ਡੈਡੀਓਸ, ਹੁਣ ਤਾਂ ਠੀਕ ਆ? ਇੱਕਮ ਸਾਈਡ ਹੋਈ ਸੈਰ ਨੀਚੇ ਕਰੇ ਵਾ ਹਫਤਾ। ਹਾਂਜੀ, ਏਰੀਏ ਦੇ ਹਿਸਾਬ ਨਾਲ ਪੱਗ ਦਾ ਵੀ ਫਰਕ ਪੈ ਜਾਂਦਾ ਹਨਾ। ਨਹੀਂ ਇੱਧਰਲੇ ਮਤਲਬ ਜਿਹੜੇ ਇੱਧਰਲੇ ਏਰੀਏ ਉਹ ਦਮਾਲਾ ਸਾਹਿਬ ਬੰਨਦੇ ਆ ਹਨਾ। ਨਹੀਂ ਆਮ ਤੌਰ ਤੇ ਪੱਗ ਬੰਨਦੇ, ਵੱਡੀ ਬੰਨਦੇ ਆ ਆਪਣੇ ਡੈਡੀ ਪੱਗ ਥੋੜੀ ਬੰਨਦੇ ਆ। ਅਜੀਤ ਸਮਾਚਾਰ ਦਾ ਮੁੱਖ ਦਫ਼ਤਰ ਮੈਨੂੰ ਆਏ ਜੀ ਕਦੋਂ ਲੱਗ ਰਹੀ ਉਹਦਾ ਅੱਡਾ ਕਿਸੇ ਦੇਖਿਆ ਹੋਇਆ। ਇੱਥੇ ਤਾਂ ਕਿੱਧਰ ਨੂੰ ਗੁਰਦੁਆਰਾ
ਪਤਾ ਨੀ ਏਦਾਂ ਦਾ ਅੱਡਾ ਕਿੱਥੇ ਦੇਖਿਆ ਮੈਂ, ਉੱਥੇ ਦੇਖਿਆ ਪਤਾ ਨੀ। ਆਪਾਂ ਬੱਸ ਤੇ ਗਏ ਸੀ ਮੰਮਾ, ਜਿੱਥੇ ਇੱਕ ਕੁੜੀ ਜੀ ਸੀਗੀ ਉਹ ਪਹਿਲਾਂ ਕਾਗਜ਼ 'ਚ ਫੜਾ ਕੇ ਗਈ ਹੈਲਪ ਮੰਗਣ ਵਾਸਤੇ, ਤੇ ਉਹ ਫੜ ਕੇ ਵੀ ਲੈ ਗਈ ਸੀ ਦੁਬਾਰੇ ਵਾਪਸ। ਮੈਨੂੰ ਛੋਟੀਆਂ ਛੋਟੀਆਂ ਗੱਲਾਂ ਯਾਦ ਹੁੰਦੀਆਂ, ਵੱਡੀਆਂ ਵੱਡੀਆਂ ਨੀ। ਮਾਸਕ ਤਾਂ ਨਹੀਂ ਲੋੜ, ਮੈਂ ਲੈ ਕੇ ਆਈ ਸੀ ਪਾ ਕੇ। ਸਾਡੇ ਸਕੂਲ ਜਦੋਂ ਫੇਰ ਆਉਣੀ ਸੀ ਦੁਬਾਰੇ ਕਰਤੀ, ਥੋੜ੍ਹੀ ਜਿਹੀ ਢਿੱਲ ਜਿਹੀ ਪੈ ਗਈ ਸੀ ਮਾਸਕ ਤੋਂ। ਨਹੀਂ ਢਿੱਲ ਜਿਹੀ ਪੈ ਗਈ ਸੀ ਵਿੱਚ ਦੀ। ਮੈਨੂੰ ਲੱਗਿਆ ਦੇਖ ਲੈਂਦੇ ਹਾਂ।
ਕਿੱਧਰ ਗਏ ਮੰਮਾ ਤੇਰੇ? ਉਹ ਗਏ ਅੰਦਰ ਚਾਹ ਪੱਤ ਨਾਲ ਫਿਰ ਮੈਂ ਵੀ ਜਾਣਾ Thank you.
ਜਾ ਰਹੇ ਹਾਂ ਗੁਟਕਾ ਸਾਹਿਬ ਨੰਬਰ 1 ਅਤੇ ਉੱਥੇ ਜਾ ਕੇ ਦੇਖ ਰਹੇ ਹਾਂ, ਮੈਨੂੰ ਸਹੀ ਵੜੀ ਨਹੀਂ ਪਤਾ ਹੈ। ਸਾਹਿਬ ਤੋਂ ਨਵੇਂ ਲੈ ਕੇ ਆਏ ਆ।